ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਵਾਗਤ ਹੈ ਜਿੱਥੇ ਅੱਜ ਦੀ ਇਸ ਮਹਿਫਲ ਦੇ ਵਿੱਚ। ਉੱਥੇ ਸਭ ਤੋਂ ਵੱਡੀ ਖਬਰ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਵਿਰਾਸਤੀ ਜਿਹੜਾ ਕਰਾਰ ਦਿੱਤਾ ਗਿਆ, ਪੁਰਾਤਤਵ ਵਿਭਾਗ ਨੇ ਗਲਿਆਰੇ ਦੇ ਅਧਿਕਾਰੀਆਂ ਨੂੰ ਜਿਹੜੀ ਸੌਂਪੀ ਹੈ ਰਿਪੋਰਟ, ਹੁਣ ਲੱਗਾ ਯੂ ਟਰਨ ਵਜਨ। ਅਤੇ ਇਹ ਆਪਾਂ ਗੱਲਬਾਤ ਕਰਾਂਗੇ, ਤੁਹਾਡੇ ਕੋਲ ਜ਼ਿਆਦਾ ਡਿਟੇਲ ਹੁੰਦੀ ਹੈ, ਇਨਫੋਰਮੇਸ਼ਨ ਹੁੰਦੀ ਹੈ, ਕੀ ਕਹਿਣਾ ਚਾਹੋਗੇ? ਜਿਹੜਾ ਪੁਰਾਤਤਵ ਵਿਭਾਗ ਚੰਡੀਗੜ੍ਹ ਤੋਂ ਟੀਮ 20 ਜੁਲਾਈ ਨੂੰ ਆਈ ਸੀ, ਉਸ ਪੁਰਾਤਤਵ ਵਿਭਾਗ ਨੇ ਇਹ ਕਿਹਾ ਇਹਦੇ ਚ ਲਖੌਰੀ ਇੱਟਾਂ ਤੇ ਚੂਨਾ ਲੱਗਾ ਤੇ ਇਹ ਜਿਹੜੀ ਇਮਾਰਤ ਤੇ ਇਹ ਮੱਧ ਕਾਲ ਦੀ ਲੱਗਦੀ ਔਰ ਇਹ ਰਿਹਾਇਸ਼ੀ ਇਮਾਰਤ ਲੱਗਦੀ। ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਵੀ ਇੱਥੇ ਸਾਰੇ ਬੁੰਗੇ ਹੁੰਦੇ ਸੀ, ਨਕਈ ਬੁੰਗਾ ਸੀ, ਮਹਾਰਾਜਾ ਸ਼ੇਰ ਸਿੰਘ ਦਾ ਬੁੰਗਾ ਸੀ, ਮਹਾਰਾਜ ਚੰਦ ਕੌਰ ਦਾ ਬੁੰਗਾ, ਵੱਖ ਵੱਖ ਬੁੰਗੇ ਸੀ, ਬੁੰਗੇ ਸੀਗੇ ਹਾਂਜੀ। ਆਪਾਂ ਇਹ ਵੀ ਜ਼ਿਕਰ ਕੀਤਾ ਸੀ ਵੀ ਹੋ ਸਕਦਾ ਵੀ ਹਾਥੀ ਖਾਨੇ ਦੇ ਵਿੱਚ ਹਾਥੀ ਤੇ ਘੋੜੇ ਬੰਨ ਕੇ ਜਿਹੜੇ ਸਾਡੇ ਜਰਨੈਲ ਨੇ, ਸਾਡੇ ਉਸ ਟਾਈਮ ਸਰਦਾਰ ਸੀਗੇ, ਉਹ ਆਪਣੇ ਹਥਿਆਰ ਇਹਨਾਂ ਜਗ੍ਹਾ ਤੇ ਰੱਖ ਕੇ ਤੇ ਫਿਰ ਦਰਬਾਰ ਜਾਂਦੇ ਸੀ, ਹੋ ਸਕਦਾ। ਇਹ ਵੀ ਜ਼ਿਕਰ ਕੀਤਾ ਸੀ ਵੀ ਸੰਤ ਸਿੰਘ ਹੋਰੀ, ਸੰਤ ਸਿੰਘ ਹੋਰੀ ਇਕੱਲੇ ਧਾਰਮਿਕ ਆਗੂ ਨਹੀਂ, ਤੁਹਾਨੂੰ ਪਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਵੀ ਉੱਥੇ ਪਿਆ ਸੀ ਨਾ, ਪਹਿਲਾਂ ਤਿਆਗਮੱਲ ਹੁੰਦਾ ਸੀ, ਤੇਗ ਬਹਾਦਰ ਸਾਹਿਬ ਤੋਂ ਵੀ ਗੁਰੂ ਸਾਹਿਬ ਨੂੰ ਨਾ ਦਿੱਤਾ ਸੀ, ਤੇਗ ਵੀ ਚਲਾਉਣੇ ਜਾਣਦੇ, ਤੇਗ ਵੀ ਚਲਾਉਣੇ ਜਾਣਦੇ ਸੀ, ਲੜਾਈਆਂ ਲੜੀਆਂ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ, ਲੜਾਈਆਂ ਲੜੀਆਂ ਤੇ ਸੰਤ ਸਿੰਘ ਹੋਰੀ ਜਿਹੜੇ ਝੰਗ ਦੇ ਇੱਕ ਜੰਗ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਹੋਰੀ ਜ਼ਖਮੀ ਹੋ ਗਏ ਸੀ ਤੇ ਉਹਨਾਂ ਨੂੰ ਚੁੱਕ ਕੇ ਲਿਆਏ ਸੀ, ਨਾਲ ਲੜੇ ਸੀ ਉਹਨਾਂ ਦੇ ਬਕੈਦ ਤੋਂ, ਤੇ ਸੰਤ ਸਿੰਘ ਹੋਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਰਹੇ ਨੇ, ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਬਕਾਇਦਾ ਤੌਰ ਤੇ ਜਿਹੜਾ ਸੀ ਇਹ ਫਿਰ ਵਿਰਾਸਤ ਜਿਹੜੀ ਇਹ ਜਿਹੜੀ ਵੇਲੀ ਸੀ 1200 ਗਾਈ ਦੀ ਉਹ ਦਿੱਤੀ ਸੀ ਇਹ ਇਨਾਮ ਦੇ ਵਜੋਂ, ਜਿੱਥੇ ਉਹਨਾਂ ਦੀ ਰਹਿਸ ਸੀ ਤੇ ਉਹਨਾਂ ਨੂੰ ਗਿਆਨੀਆਂ ਦਾ ਲੱਭ ਗੁਰੂ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਸੀ, ਉਹਨਾਂ ਦੇ ਵੱਡ ਵਡੇਰੇ ਸ਼ਾਇਦ ਰਾਮ ਸਿੰਘ ਹੋਰੀ ਸਿੰਘ, ਗੁਰੂ ਸਾਹਿਬ ਨੇ ਕੋਈ ਟ੍ਰਾਂਸਲ ਚਕਾਉਣੀ ਸੀ ਮੇਰੇ ਖਿਆਲ ਫਾਰਸੀ ਤੋਂ ਕਰਾਉਣੀ ਸੀ, ਕਿੱਥੋਂ ਕਰਾਉਣੀ ਸੀ ਉਹ ਫਾਰਸ ਉਹਨਾਂ ਕੀਤੀ ਸੀ ਉਦੋਂ, ਤੇ ਗੁਰੂ ਸਾਹਿਬ ਨੇ ਉਦੋਂ ਲੱਕ ਦਿੱਤਾ ਸੀ ਵੀ ਤੁਹਾਡਾ ਪਰਿਵਾਰ ਵਾਲੇ ਸਮੇਂ ਚ ਗਿਆਨੀ ਖਵਾਏਗਾ। ਹੁਣ ਸੰਤ ਸਿੰਘ ਹੋਰੀ ਇਸ ਜਗ੍ਹਾ ਦੇ ਉੱਤੇ ਜਿਹੜੇ ਬੱਚਿਆਂ ਨੂੰ ਸੰਥਿਆ ਵੀ ਦਿੰਦੇ ਸੀ, ਇਹ ਜਗ੍ਹਾ ਦੀ ਗੱਲ ਜਿਹੜੀ ਕਰਦੇ ਆ, ਜੋ ਸਾਹਮਣੇ ਆ ਰਿਹਾ ਸਭ ਕੁਛ, ਜੇ ਪ੍ਰਾਪਤ ਵਿਭਾਗ ਨੇ ਕਹਿ ਦਿੱਤਾ ਵੀ ਇਹ ਮੱਧ ਕਾਲ ਦੀ ਇਮਾਰਤ ਆ, ਲਖੌਰੀ ਇੱਟਾਂ ਤੇ ਚੂਨਾ ਲੱਗਾ ਤੇ ਇਹਨੂੰ ਸੰਭਾਲਿਆ ਜਾਣਾ ਚਾਹੀਦਾ ਵਾ, ਉਹਨਾਂ ਜ਼ਿਲ੍ਹੇ ਦੇ DC ਨੂੰ ਵੀ ਕਹਿ ਦਿੱਤਾ ਤੇ ਗਲਿਆਰਾ ਪ੍ਰੋਜੈਕਟ ਦੇ ਵਧੀਕ ਦੇ ਡਾਇਰੈਕਟਰ ਅਡੀਸ਼ਨਲ ਡਾਇਰੈਕਟਰ ਉਹਨੂੰ ਰਿਪੋਰਟ ਸੌਂਪ ਦਿੱਤੀ, ਤੇ ਹੁਣ ਸੁੱਤੀ ਪਈ ਸ਼੍ਰੋਮਣੀ ਕਮੇਟੀ ਜਾ ਕੇ ਵੀ ਅਸੀਂ ਵਿਰਾਸਤ ਸੰਭਾਲਾਂਗੇ, ਲਾ ਦੋ ਸੰਗ ਮਰ ਮਰ, ਹੁਣ ਜੋ ਮਰਜ਼ੀ ਲਾ ਦੋ ਜੀ, ਹੁਣ ਤੁਹਾਡੇ ਤੇ ਡਿਪੈਂਡ ਕਰਦੇ, ਜੋ ਮਰਜ਼ੀ ਲਾ ਦੋ ਭੂਰੀ ਵਾਲ ਨੂੰ ਕਹੋ ਵੀ ਇੱਟਾਂ ਨਹੀਂ ਦਿਖਣੀ ਚਾਹੀਦੀ ਨਾਨਕ ਸ਼ਾਹੀ, ਤੇ ਉਹੀ ਕਹਿੰਦੇ ਸੀ ਭੂਰੀ ਵਾਲੇ ਇਹ ਐਵੇਂ ਲੋਕ ਰੌਲਾ ਪਾਉਂਦੇ ਆ, ਹੈ ਕੀ ਆ ਇੱਥੇ, ਚਾਰ ਇੱਟਾਂ ਹੀ ਆ ਪੁਰਾਣੀਆਂ ਲੱਗੀਆਂ, ਹੋਰ ਕੀ ਇੱਥੇ, ਅਸੀਂ ਤੇ ਕੰਮ ਕਰਦੇ ਢਾਵਾਂਗੇ ਇਹਨੂੰ, ਕੋਈ ਰੋਕ ਕੇ ਬਖੈਰ ਸਾਨੂੰ, ਉਹ ਤੇ ਭਾਈ ਬਲਦੇਵ ਸਿੰਘ ਵਡਾਲਾ ਵਾਲੀ ਸਮੇਂ ਸਿਰ ਨਾਜੇ ਦੇ ਜਾਲ ਨੇ ਫੱਕੇ, ਹਿਸਟਰੀ ਜਦੋਂ ਲਿਖੀ ਜਾਊਗੀ ਭਾਈ ਬਲਦੇਵ ਸਿੰਘ ਵਡਾਲਾ ਹੋਣਾ ਦਾ ਨਾਂ ਅੱਜ ਉਸ ਵਕਤ ਜਦੋਂ ਪੜ੍ਹੀ ਜਾਊਗੀ ਸੁਨਹਿਰੀ ਅੱਖਰਾਂ ਦੇ ਵਿੱਚ ਆਵੇਗਾ, ਅਤੇ ਅੱਜ ਦਾ ਡਿਜੀਟਲ ਯੁੱਗ ਜਿਹੜਾ ਗੁਰਦੁਆਰਾ ਸਾਹਿਬ ਦਾ ਜੋ ਕੀ ਕਹਿੰਦੇ ਲੱਗਾ ਜਿਹੜਾ ਉਹ ਚੇਅਰਮੈਨ ਆ, ਕੀ ਉਹਨੂੰ ਕਹਿੰਦੇ ਆ, ਜਿਹੜਾ ਪ੍ਰਧਾਨ ਆ ਜਾਂ ਵਾਟ ਐਵਰ ਜੋ ਵੀ ਆ ਗੁਰਦੁਆਰਾ ਸਾਹਿਬ ਦਾ ਸੈਕਟਰੀ ਜਾਂ ਕੁਝ ਖਜ਼ਾਨਚੀ ਜੋ ਵੀ, ਉਹਦੀ ਬੋਲੀ ਵੀ ਵੇਖੀ ਜਾਊਗੀ ਵੀ ਇਹੋ ਜਿਹੇ ਸਿੱਖ ਵੀ ਸੀ, ਅਤੇ ਜਦੋਂ ਜਾਣਗੇ ਨਾ ਫਿਰ ਉਹ ਨਰੈਣੂ ਤੱਕ ਅਤੇ ਯਾਦਾਂ ਫਿਰ ਜੋੜਨਗੇ ਕਿ ਵਾਕਿਆ ਯਾਰ ਉਸ ਵਕਤ ਵੀ ਇਹੋ ਜਿਹੇ ਬੰਦੇ ਕੁਝ ਬਚੇ ਸਨ ਜਿਹਨਾਂ ਦੀ ਸ਼ਬਦਾਵਲੀ ਉਹਦੇ ਨਾਲ ਰਲਦੀ ਮਿਲਦੀ ਸੀ। ਬਾਕੀ ਤੁਸੀਂ ਅੱਗੇ ਗੱਲ ਤੋਰ ਲਓ। ਬਿਲਕੁਲ ਜੀ ਬਿਲਕੁਲ, ਹੁਣ ਇਹ ਇਹ ਜਿਹੜੀ ਚੀਜ਼ ਆ ਇਹਨੂੰ ਕਹਿ ਤਾਂ ਵੀ ਜਿਹੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਆ ਉਹ ਇਹਨਾਂ ਦੀ ਹੋਰ ਖੋਜ ਕਰੇ, ਇਹਦੇ ਵਿੱਚ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ, ਆਸੇ ਪਾਸੇ ਹੋਰ ਵੇਖਣ ਕੀ ਹੋ ਸਕਦਾ ਵਾ, ਦਰਬਾਰ ਸਾਹਿਬ ਦੇ ਆਸੇ ਪਾਸੇ ਉੱਥੋਂ ਅੱਗੇ ਤੁਰਨ ਕੀ ਹੋ ਸਕਦਾ, ਹੋਰ ਵੀ ਬੜਾ ਕੁਝ ਹੋ ਸਕਦਾ ਉੱਥੇ। ਅੱਛਾ ਇਹ ਫਿਰ ਬਚੀ ਹੈ ਕਿਉਂ, ਇਹ ਮਰਦ ਬਚੀ ਕਿਉਂ, ਇਹ ਝਾਈ ਕਿਉਂ ਨਹੀਂ ਗਈ,
जेड़े गलियारे ठेकेदार धर्म सिंह ठेका दिता गया सी इमारतां ढाउण दा गलियारे वालियां जेड़े उहदे नाल बंदे लगे सी मिस्त्री लगे सी मैं उहनूं मिलिया सी उहनां नूं ਉਹ ਕਹਿੰਦੇ ਇਹ ਇਮਾਰਤ ਸਿਰਫ ਇਸ ਕਰਕੇ ਬਚੀ ਸੀ ਕਿ ਇਹਦੇ ਵਿੱਚ ਨਾ ਤੇ ਕੋਈ ਇੱਟਾਂ ਚੰਗੀਆਂ ਹੈਗੀਆਂ ਸੀ ਨਵੀਆਂ ਢਹਿਗੀਆਂ ਸੀ ਨਾ ਇਹਦੇ ਵਿੱਚ ਕੋਈ ਸਰੀਆ ਹੈਗਾ ਜਿਹੜਾ ਸਾਡੇ ਕੰਮ ਆ ਸਕਦਾ ਜੇ ਉਹ ਹੁੰਦਾ ਤੇ ਫਿਰ ਇਹ ਵੀ ਢਹਿ ਜਾਣੀ ਸੀ ਤੇ ਇਹ ਜਦੋਂ ਵੇਖਿਆ ਵੀ ਛੋਟੀ ਇੱਟ ਦੀ ਬਣੀ ਆ ਤੇ ਇਹਦੇ ਵਿੱਚ ਕੁਛ ਨਿਕਲਣ ਵਾਲੀ ਤੇ ਅਸੀਂ ਉੱਥੇ ਮਿੱਟੀ ਪਾ ਕੇ ਦੱਬ ਦਿੱਤਾ ਉਦੋਂ ਗਿਆਨੀਆਂ निकल के सामने आउंदी है वी किन्ने फोटे डूंगा पुट्टिया गया जिथों निकली है इतिहासक जिहड़ी भी बिल्डिंग जिहड़ी मतलब प्रात विभाग ने जो निकलिया जो कुछ भी है हना बट जी 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 ए तो इन्नी महसूस हुंदा कि उस वक्त वेखो बणतर किहो जी होगी सरदार उस वक्त दे जिहड़े सरदार भी आउंदे सी रहिंदे सी जां श्री अकाल तख्त साहिब उह किन्नी उचाई ते होगा क्योंकि उस वक्त दा तुसीं कोई भी इतिहास कढ लो जिन्ने भी किले ने उच्ची थां ते बणाए जांदे सी कि दूरों वेख्या जावे वेखो किन्ने फुट ਜੇ ਜਗ੍ਹਾ ਉੱਚੀ ਆ ਫਿਰ ਦਰਬਾਰ ਸਾਹਿਬ ਜਿਹੜਾ ਵਾ ਫਿਰ ਨਿਮਾਨ ਦੇ ਵਿਚਲੇ ਪਾਸੇ ਨੂੰ ਪੌੜੀਆਂ ਆਪਾਂ ਉਤਰਦੇ ਕਿੰਨੀਆਂ ਹਨ ਜਿੰਨੀਆਂ ਆਪਾਂ ਪੌੜੀਆਂ ਥੱਲੇ ਉਤਰਦੇ ਹਾਂ ਓਨੀਆਂ ਹੀ ਪੌੜੀਆਂ ਜੇਕਰ ਵੇਖਿਆ ਜਾਵੇ ਤਾਂ ਇੱਧਰਲੇ ਪਾਸੇ ਕੋਈ ਹੁਣ ਤਾਂ ਭਰਤੀ ਬੜੀ ਪੈ ਗਈ ਆ ਹੁਣ ਤਾਂ ਗਲਿਆਰਾ ਯੋਜਨਾ ਦੇ ਅਧੀਨ ਬਹੁਤ ਸਾਰੇ ਲੋਕਾਂ ਨੇ ਵੈਸੇ ਵੀ ਮਤਲਬ ਧਰਤੀ ਦੇ ਥੱਲੇ ਬੜਾ ਕੁਝ ਆ ਮਤਲਬ ਸਾਡਾ ਮੈਂ ਆਪਣਾ ਪਿੰਡ ਫਤਿਹਾਬਾਦ ਦੀ ਗੱਲ ਕਰਦਾ ਕਿ ਜਿਹੜੇ ਛੋਟੇ ਹੁੰਦੇ ਸੀ ਚਬਾਰੇ ਵੇਖਦੇ ਹੁੰਦੇ ਸਨ ਚਬਾਰੇ ਉਹ ਚਬਾਰੇ ਅੱਜ ਦੁਕਾਨਾਂ ਬਣੇ ਹੋਏ ਨੇ ਦੁਕਾਨਾਂ ਉਹਨਾਂ ਦੇ ਉੱਤੇ ਉਹਨਾਂ ਨੇ ਉਹਨਾਂ ਨੇ ਲੈਂਟਰ ਚੁੱਕ ਕੇ ਪਾਏ ਨੇ ਇੰਨਾ 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 ਭਰਤ ਪੈ ਚੁੱਕਾ ਇੰਨੀ ਭਰਤੀ ਪੈ ਚੁੱਕੀ ਹੈ ਬਲੀਵ ਮੀ ਔਰ ਨੋਟ ਮੈਂ ਪਰੂਫ ਦੇ ਸਕਦਾ ਇਸ ਗੱਲ ਦਾ ਮੇਰੇ ਪੇਂਡੂ ਵੀ ਸੁਣਦੇ ਹੋਣਗੇ ਵੇਖਦੇ ਹੋਣਗੇ ਸਾਡੇ ਇੱਕ ਮੋੜ ਆਉਂਦਾ ਜਿਹੜਾ ਛੋਟਾ ਬਾਜ਼ਾਰ ਆ ਉਹਦੇ ਉੱਤੇ ਇੱਕ ਚਬਾਰਾ ਹੁੰਦਾ ਸੀ ਕਾਂਗਰਸ ਦਾ ਉਹ ਭਵਨ ਕਹਿੰਦੇ ਸੀ ਹੁੰਦੇ ਸੀ ਉੱਥੇ ਆਫਿਸ ਹੁੰਦਾ ਸੀਗਾ ਭਲਿਆਂ ਵੇਲਿਆਂ ਦੇ ਵਿੱਚ ਅਸੀਂ ਛੋਟੇ ਛੋਟੇ ਹੁੰਦੇ ਸੀ ਹੁਣ ਜਾਈਦਾ ਤਾਂ ਉੱਥੇ ਦੁਕਾਨ ਆ ਇਕੱਲੀ ਕਿਉਂਕਿ ਜੇ ਦੁਕਾਨ ਬਣ ਗਈ ਹੈ ਜੀ ਥੱਲੇ ਸਾਰੀ ਭਰਤੀ ਆ ਇੰਨੀ ਨਹੀਂ ਭਰਤੀ ਪੈ ਗਈ ਅਤੇ ਇੱਥੇ ਵੀ ਭਰਤੀ ਪਈ ਹੋਊਗੀ ਪਰ ਫਿਰ ਵੀ ਇਹ ਨੀਵੀਂ ਹੈ ਜਗ੍ਹਾ ਅਤੇ ਤੁਸੀਂ ਦੇਖੋ ਕਿ ਕਿੰਨੀ ਕੁ ਫੁੱਟ ਨੀਵੀਂ ਕਿੰਨੀ ਨਿਕਲੀ ਹੈ ਅਤੇ ਉਹ ਦਰਬਾਰ ਸਾਹਿਬ ਜਿਹੜਾ ਵਾ ਉਹ ਉੱਚਾ ਆ ਫਿਰ ਨੀਵਾਂ ਹੋਣਾ ਪੈਂਦਾ ਵਾ ਹਾਂਜੀ ਮੇਰੀ ਗੱਲ ਸਮਝ ਲੱਗੀ ਤੁਹਾਨੂੰ ਹਾਂ ਉੱਥੇ ਆ ਗਈ ਨਾ ਜੀ ਤੇ ਇਹਦੇ ਵਿੱਚ ਇਹ ਕਿਹਾ ਜਾਂਦਾ ਵੀ ਬਕਾਇਦਾ ਤੌਰ ਤੇ ਇਸ ਜਗ੍ਹਾ ਤੇ ਇੱਕ ਸੁਰੰਗ ਹੁੰਦੀ ਸੀ ਅੰਦਰ ਜਾਣ ਵਾਸਤੇ ਤੇ ਸੰਤ ਸਿੰਘ ਗੋਰੀ ਉੱਧਰ ਵੀ ਜਾਂਦੇ ਹੁੰਦੇ ਸੀ ਇਹ ਵੀ ਕਿਹਾ ਜਾਂਦਾ ਇਸ ਬਾਰੇ ਕੋਈ ਤੇ ਕੱਢ ਸਕਦੇ ਸੁਰੰਗ ਕੀ ਹਰੇ ਵੀ ਕੱਢੀ ਜਾ ਸਕਦੀ ਨਿਕਲ ਜੂਗੀ ਗਾਂ ਦੀ ਗਾਂ ਬਿਲਕੁਲ ਉਹ ਤੇ ਤੁਰਤ ਸੀ ਕਿ ਉਹ ਪੱਕੇ ਚੱਕਦੇ ਉਹਨਾਂ ਨੇ ਉਹਦਾ ਤੇ ਪੱਠਾ ਬਾਤਾ ਸਰ ਉਹ ਤੇ ਵੇਖਿਆ ਹੀ ਕੁਛ ਨੀ ਨਾਨਕਸ਼ਾਹੀ ਇੱਟ ਵੇਚਣੀ ਸੀ ਲਾਲਿਆਂ ਨੂੰ ਜਿਹਨਾਂ ਨੇ ਹਵੇਲੀਆਂ ਬਣਾਉਣੀਆਂ ਜੀ 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 ਹੁਣ ਇਹਦੇ ਵਿੱਚ ਕੀ ਹੈ ਜੀ ਜਿਹੜੀ ਬੇਸਿਕਲੀ ਸੂਰ ਵਾਲੀ ਜਗ੍ਹਾ ਢਾਬ ਹੁੰਦੀ ਸੀ ਅੱਛਾ ਜੀ ਢਾਬ ਹੁੰਦਾ ਹੀ ਨਹੀਂ ਨਿਵੇਂ ਥਾਂ ਤੇ ਢਾਬ ਹੁੰਦੀ ਨਹੀਂ ਢਾਬ ਦਾ ਮਤਲਬ ਇਹ ਆ ਵੀ ਜਿੱਥੇ ਪਾਣੀ ਜਦੋਂ ਮੀਂਹ ਪੈਂਦਾ ਤੇ ਸਾਰਾ ਪਾਣੀ ਉੱਥੇ ਇਕੱਠਾ ਹੋ ਜਾਂਦਾ ਇਹ ਢਾਬ ਨੂੰ ਸਾਫ ਕਰਕੇ ਸੁਰੰਗ ਬਣਾਇਆ ਗਿਆ ਜਿੱਥੇ ਅਕਾਲ ਤਖ਼ਤ ਜਾਂ ਅਕਾਲ ਤਖ਼ਤ ਦਾ ਥੜਾ ਬਣਿਆ ਵਾ ਇਸ ਜਗ੍ਹਾ ਤੇ ਜਿਹੜੀ ਸਰੋਵਰ ਦੀ ਕਾਰ ਨਿਕਲੀ ਸੀ ਉਹ ਸੁੱਟੀ ਗਈ ਸੀ ਉਹ ਉੱਚੀ ਜਗ੍ਹਾ ਤਦ ਬਣੀ ਇਸੇ ਕਰਕੇ ਚਲੋ ਇਹ ਤੇ ਇਤਿਹਾਸ ਦੀਆਂ ਗੱਲਾਂ ਬੜੀਆਂ ਲੰਮੀ ਕਰੀਏ ਲੈ ਕਰੀਏ ਤੇ ਫਿਰ ਮੁੱਕਦੀ ਜੀ ਲੇਕਿਨ ਅੱਜ ਦੀ ਡੇਟ ਦੇ ਵਿੱਚ ਇਹ ਜਿਹੜੀ ਸਾਡੀ ਇਤਿਹਾਸਕ ਇਮਾਰਤ ਨਿਕਲੀ ਹੈ ਜੇਕਰ ਤੁਸੀਂ ਹੋਰ ਲਾਗੋ ਹੋਰ ਨਿਕਲੂਗੀ ਲੇਕਿਨ ਮੇਰਾ ਖਿਆਲ ਜੇ ਪੁੱਟੋਗੇ ਤੇ ਹੁਣ ਨੂੰ ਸੰਭਾਲ ਕੇ ਚੱਲੋਗੇ ਤੁਸੀਂ ਬਿਲਕੁਲ ਹੁਣ ਇਹ ਜੇ ਨਿਕਲੀ ਇਹਨੂੰ ਸੰਭਾਲਿਆ ਜਾਣਾ ਚਾਹੀਦਾ ਇਹ ਸੰਭਾਲ ਕੇ ਇਹਦੀ ਬਕਾਇਦਾ ਤੌਰ ਤੇ ਉਦੋਂ ਭਾਈ ਜਸਵੀਰ ਸਿੰਘ ਰੋਡੇ ਨੇ ਕਿਹਾ ਸੀ ਭਾਈ ਤੁਸੀਂ ਹਾਲ ਦੀ ਕੜੀ ਕੰਮ ਬੰਦ ਕਰ ਦਿਓ ਪ੍ਰਾਪਤ ਵਿਭਾਗ ਦੀ ਰਿਪੋਰਟ ਲੈਣ ਦਿਓ ਕਿ ਮੁੜਕੇ ਨੂੰ ਇੱਥੇ ਪੌੜੀਆਂ ਵੀ ਹੋਣੀਆਂ ਵਾ ਰਸਤਾ ਵੀ ਹੋਣਾ ਥੋੜੀ ਜਗ੍ਹਾ ਕੇ ਖੁੱਲੀ ਵੀ ਛੱਡਣੀ ਆਪਾਂ ਇਹਦੇ ਵਾਸਤੇ ਵੀ ਸੰਗਤ ਆਉਂਦੀ ਉੱਥੇ ਵੇਖਣ ਵਾਸਤੇ ਇਹ ਜਗ੍ਹਾ ਕਿੱਦਾਂ ਦੀ ਹੈ ਕਿੱਥੇ ਕੀ ਉਹਦੇ ਵਾਸਤੇ ਛੱਡੋ ਤੁਸੀਂ ਕਿਆ ਬਾਤ ਔਰ ਉਹਨੇ ਸੁਣੀ ਕਿਸੇ ਨੇ
ਹੁਣ ਦੇਖੋ ਗੱਲ ਇਹ ਹੈ, ਗੱਲ ਪੱਟੀ ਸਾਹਿਬ ਇਹ ਹੈ ਕਿ ਇਹਨਾਂ ਨੂੰ ਜਿਹਨਾਂ ਨੇ ਰੋਕਣਾ ਸੀ ਉਹਦੇ ਖੁਦ ਭੇਸ ਬਦਲ ਕੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਜਿਨ੍ਹਾਂ ਨੇ ਕਦੇ ਘਰ ਜਾ ਕੇ ਮੇਰੇ ਖਿਆਲ ਦੇ ਵਿੱਚ ਡੱਕਾ ਨਹੀਂ ਦੂਰਾ ਕੀਤਾ ਹੋਣਾ, ਕਿਉਂਕਿ ਇੱਥੇ ਧੌੜੀ ਦਾ ਪ੍ਰਸ਼ਾਦ ਮਿਲਦਾ, ਉਹਨਾਂ ਖੰਡ ਪੈਂਦੀ ਹੈ, ਉਹਨਾਂ ਉਹਦੇ ਵਿੱਚ ਘਿਓ ਪੈਂਦਾ ਦੇਸੀ ਪਿਓਰ, ਉਹਨਾਂ ਉਹਦੇ ਵਿੱਚ ਪੈਂਦੀ ਹੈ ਮਾੜਾ ਜਿਹਾ ਆਟਾ, ਅਤੇ ਛੱਕ ਛਕਾ ਕੇ ਅਤੇ ਉਹਨਾਂ ਨੇ ਘਰ ਜਾ ਕੇ ਕਦੇ ਡੱਕਾ ਦੂਰਾ ਨਹੀਂ ਕੀਤਾ ਉੱਤੋਂ ਦੀ। ਮਤਲਬ ਜੇ ਗੁਰੂ ਘਰ ਦੀ ਕਿਤੇ ਮਾੜਾ ਮੋਟਾ ਕੋਈ ਦਾ ਲੱਗਾ ਤਾਂ ਗੱਲ ਵੱਖਰੀ ਹੈ ਜੀ। ਉਹ ਤੁਸੀਂ ਦੱਸਿਆ ਦਿੱਲੀ ਤੋਂ ਵੀ ਸੇਵਾਦਾਰ ਆਉਂਦੇ ਸੀਗੇ, ਇਹਨਾਂ ਨੂੰ ਸੇਵਾ ਦੇ ਜਾਂਦੇ ਸੀ, ਮਤਲਬ ਸਾਰਾ ਕੁਝ। ਮੈਂ ਕੁੱਲ ਮਿਲਾ ਕੇ ਉਹ ਅਨਾਲਿਸਿਸ ਕਰਦਾ ਕਿ ਇਹਨਾਂ ਡੱਕਾ ਦੂਰਾ ਨਹੀਂ ਕੀਤਾ, ਇਹਨਾਂ ਵਿਹਲੀਆਂ ਖਾਧੀਆਂ ਅਤੇ ਇਹਨਾਂ ਨੂੰ ਟੋਕਰੇ ਚੁੱਕਰੇ ਪਿਆ। ਇਹ ਭੂਰੀ ਵਾਲੇ ਕਾਰ ਸੇਵਾ ਵਾਲਿਆਂ ਦੇ ਵਰਕਰ ਬਣ ਕੇ ਸੇਵਾਦਾਰ ਬਣ ਕੇ ਟੋਕਰੇ ਚੁੱਕਦੇ ਦਿਖਾਏ ਆ ਟੈਲੀਵਿਜ਼ਨ ਨੇ, ਦਿਖਾਏ ਕਿ ਨਹੀਂ ਦਿਖਾਏ? ਜਿਨ੍ਹਾਂ ਨੇ ਰੋਕਣਾ ਸੀ ਉਹ ਕੰਮ ਚਾਲੂ ਰੱਖਣ ਵਾਸਤੇ ਭੂਮਿਕਾ ਨਿਭਾ ਰਹੇ। ਉਹਦੇ ਕੋਈ ਅਸਤੀਫੇ ਦੀ ਮੰਗ ਨੀ ਹੋਣੀ ਚਾਹੀਦੀ? ਕੌਣ ਮੰਗੇ, ਕੌਣ ਲਵੇ? ਇਹਨਾਂ ਨੂੰ ਧੂ ਕੇ ਬਾਹਰ ਕੱਢ ਦੇ, ਕੱਢ ਦੇ, ਉਦਣ ਨਿਕਲਣੇ ਜੋ ਮਰਜ਼ੀ ਕਰ ਲੋ। ਚਲੋ ਕੋਈ ਨੀ, ਬਾਬਾ ਕਿਰਪਾ ਕਰੂ। ਲਾਈਵ ਹੋ ਕੇ ਖੁਦਕੁਸ਼ੀ ਕਰਨ ਵਾਲੇ ਕਾਂਗਰਸੀ ਤੋਂ ਪਹਿਲਾਂ ਮੈਂ ਮਮਤਾ ਨੇ ਗਡਕਰੀ ਨਾਲ ਮੁਲਾਕਾਤ ਕਰਕੇ ਬੰਗਾਲ ਵਿੱਚ ਸਨਅਤ ਲਾਉਣ ਦੀ ਮੰਗ ਕੀਤੀ। ਵੇਖਿਆ, ਮੈਂ ਅੱਗੇ ਗੱਲ ਕਹੀ ਸੀ ਵੀ ਬੀਬੀ ਜਦੋਂ ਵੀ ਜਾਂਦੀ ਸੀ ਨਾ, ਮੈਂ ਉਹਦਾ ਇਤਿਹਾਸ ਪੜ੍ਹਦਾ ਰਿਹਾ ਪਹਿਲਾਂ ਵੀ, ਕੁਛ ਨਾ ਕੁਛ ਲੈ ਕੇ ਜਾਂਦੀ ਆ। ਔਰ ਇਹਨਾਂ ਨੇ ਦੇ ਫੇਰ ਦੇਣਾ ਵੇਖ ਲਏ ਹੁਣ, ਭਾਵੇਂ ਕਾਂਟੇ ਦੀ ਟੱਕਰ ਹੋਈ ਹੈ ਨਾ, ਉਹਨੇ ਆਪਣੀ ਮੰਗ ਰੱਖ ਦਿੱਤੀ ਆ ਵੀ ਸਨਅਤ ਲਾਓ, ਉਹ ਨਹੀਂ ਲਾਓਗੀ ਉਹਦੇ ਕੋਲ ਇੱਕ ਪੋਜ਼ਿਟਿਵ ਪੁਆਇੰਟ ਆ ਜਾਣਾ ਵੀ ਮੈਂ ਗਈ ਸੀ, ਮੈਂ ਮੰਗਿਆ ਸੀ, ਇਹਨਾਂ ਨਹੀਂ ਦਿੱਤਾ, ਇਹ ਬੰਗਾਲ ਦੇ ਨਾਲ ਨਫ਼ਰਤ ਕਰਦੇ ਆ, ਹੁਣ ਖੇਲਾ ਹੋਵੋ, ਇਹਨੂੰ ਕਹਿੰਦੇ ਖੇਲਾ ਹੋਵੋ। ਕੀ ਕਹਿਣਾ ਚਾਹੋਗੇ? ਇਹ ਬੀਬੀ ਉਹੀ ਹੈ ਜੀ, ਜਦੋਂ ਕਾਮਰੇਡਾਂ ਦੇ ਆਵਾਜ਼ ਵਾਲੇ ਰਾਜ ਵਾਲੇ ਉੱਥੇ ਇੱਕ ਮੈਨੂੰ ਕਾਰ ਦੀ ਛੱਤੀ ਲੱਗਣ ਲੱਗੀ ਜੀ ਜੀ। ਸੰਗਰੂਰ ਦੇ ਵਿੱਚ ਇਹਨੇ ਵਿਰੋਧ ਕੀਤਾ ਸੀ, ਬੜਾ ਡਾਂਸ ਉੱਤਰ ਖੜਿਆ ਸੀ, ਇਹਦਾ ਸਿਰ ਵੀ ਪੱਟਾ ਸੀ, ਠੋਕਿਆ ਸੀ ਇਹਨੇ ਵੀ ਨਹੀਂ ਅਸੀਂ ਇੱਥੇ ਫੈਕਟਰੀ ਨਹੀਂ ਲੱਗਣੀ। ਅੱਜ ਉਹ ਬੀਬੀ ਜਾ ਕੇ ਕੇਂਦਰ ਕੋਲੇ ਕਹਿ ਰਹੀ ਹੈ ਵੀ ਨਹੀਂ ਉੱਥੇ ਇੰਡਸਟਰੀ ਲਾਉਣ ਦੀ, ਉਦੋਂ ਬੀਬੀ ਨਾ ਰੋਕਦੀ ਇੰਡਸਟਰੀ ਲੱਗਦੀ, ਚਾਰ ਇੰਡਸਟਰੀਆਂ ਹੋਰ ਲੱਗਦੀਆਂ ਤੇ ਬੰਗਾਲ ਦੀ ਕੋਈ ਤਰੱਕੀ ਕਿਸੇ ਕਿਸਮ ਦੀ ਹੋਰ ਹੋਈ। ਲੇਕਿਨ ਖੈਰ ਚਲੋ, ਬੀਬੀ ਦੀ ਉਦੋਂ ਸੋਚ ਸੀਗੀ ਵੀ ਮੈਂ ਆਪਣੀ ਸਿਆਸਤ ਵਿੱਚ ਮੁਕਾਉਣੀ ਕਿਸੇ ਤਰੀਕੇ ਨਾਲ। ਲੇਕਿਨ ਜਿਸ ਤਰੀਕੇ ਨਾਲ ਬੀਬੀ ਮਿਲੀ ਆ ਮੋਦੀ ਸਾਹਿਬ ਵਸਤੀ ਤੇ, ਅੰਬ ਲੈ ਕੇ ਗਈ ਉੱਥੋਂ, ਉਹਨਾਂ ਅੰਬ ਖਾਧੇ, ਬੀਬੀ ਦੇ ਬੜੇ ਖੁਸ਼ ਹੈ, ਬੀਬੀ ਬਹੁਤ ਚੰਗਾ ਕੀਤਾ ਅੰਬ ਲੈ ਕੇ ਆਏ। ਔਰ ਤੁਹਾਨੂੰ ਪਤਾ ਵੇ ਬੰਗਾਲ ਦੇ ਕਈ ਖੱਦਰ ਦੇ ਵਧੀਆ ਕੱਪੜੇ ਜਿਹਨਾਂ ਨੂੰ ਮਾਇਲ ਹੋਣੀ ਪੈਂਦੀ, ਬੜੇ ਆਕੜ ਵੇ ਰਹਿੰਦੇ ਉਹ ਵੀ ਬੀਬੀ ਸਮੇਂ ਸਮੇਂ ਤੇ ਮੋਦੀ ਸਾਹਿਬ ਨੂੰ ਭੇਜਦੀ ਰਹੀ ਹੈ। ਸਿਆਸੀ ਲੜਾਈ ਇੱਕ ਵੱਖਰੀ ਗੱਲ ਆ, ਉਦੋਂ ਤੇ ਕਹਿੰਦੇ ਅਸੀਂ ਭੈਣ ਭਰਾ, ਗੱਲ ਹੀ ਕੋਈ ਨੀ ਹੈਗੀ, ਵੱਡਾ ਵੱਡੀ ਭੈਣ ਛੋਟਾ ਭਰਾ ਕੋਈ ਗੱਲ ਨੀ ਹੈਗੀ, ਜੋ ਉਹਨੇ ਸ਼ੋਅ ਕੀਤਾ ਇਸ ਆਪਣੇ ਫੋਟੋ ਦੇ ਵਿੱਚ। ਬੀਬੀ ਨੇ ਇੰਨੀ ਗੱਲ ਕਹੀ ਜੀ ਉੱਥੇ ਇੰਡਸਟਰੀ ਲਾਓ, ਗਡਕਰੀ ਸਾਹਿਬ ਨੂੰ ਮਿਲੀ ਆ ਕਿ ਬੰਗਾਲ ਇਸ ਗੱਲ ਤੋਂ ਪਛੜ ਗਿਆ, ਉੱਥੇ ਤੁਸੀਂ ਇੱਥੇ ਇੰਡਸਟਰੀ ਲਾਓ ਆ ਕੇ, ਕਿਉਂਕਿ ਇਲੈਕਟ੍ਰੋ ਕਾਰ ਦੀ ਕੋਈ ਇੰਡਸਟਰੀ ਲਾਓ, ਉੱਥੇ ਬੈਨੂ ਕਾਰ ਦੀ ਕੋਈ ਇੰਡਸਟਰੀ ਲਾਓ ਤਾਂ ਕਿ ਉੱਥੇ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ। ਤੇ ਬੀਬੀ ਜੀ ਚੰਗੀ ਗੱਲ ਆ, ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ, ਕਿਸੇ ਨੂੰ ਭੁੱਲਿਆ ਨੀ ਕਹੀਦਾ, ਜੇ ਤੁਸੀਂ ਹੁਣ ਵੀ ਮੰਗ ਲਈ ਕਿ ਸਾਨੂੰ ਇੰਡਸਟਰੀ ਚਾਹੀਦੀ ਹੈ ਤੇ ਬੜੀ ਚੰਗੀ ਗੱਲ ਆ। ਪੱਟੀ ਸਾਹਿਬ ਜਿਹੜੀ ਉਹ ਕਾਰ ਦੀ ਗੱਲ ਸੀ, ਉਹ ਉਹਦੇ ਵਿੱਚ ਬੜੀਆਂ ਘੁੰਡੀਆਂ ਹੋਰ ਵੀ ਸੀਗੀਆਂ, ਆਪਾਂ ਸ਼ਾਇਦ ਉਸ ਨੂੰ ਸਾਈਡ ਤੇ ਰੱਖ ਰਹੇ ਹਾਂ। ਮੈਨੂੰ ਯਾਦ ਆ ਉਹਦੇ ਵਿੱਚ ਬਹੁਤ ਕੁਝ ਸੀਗਾ, ਬਹੁਤ ਕਾਲਾ ਮਾਲਾ ਸੀਗਾ, ਕਿਉਂਕਿ ਇਹਨੇ ਬੜੇ ਚਿੱਠੇ ਉਹਨਾਂ ਦੇ ਖੋਲ੍ਹ ਕੇ ਰੱਖੇ ਸੀ ਵੀ, ਮਤਲਬ ਇਹ ਨਹੀਂ ਵੀ ਅਸੀਂ ਨਹੀਂ ਦਿੰਦੇ, ਪੰਜਾਬ ਨੂੰ ਅਸੀਂ ਕਿਹਾ ਸੀਗਾ ਵੀ ਤੁਸੀਂ ਲੈ ਲਓ, ਇਹਨਾਂ ਨੇ ਵੀ ਨਹੀਂ ਲਈ। ਦੇਖੋ ਪੰਜਾਬ ਦੇ ਵਿੱਚ ਸਾਡੇ ਕੋਲ ਇਹੋ ਜਿਹਾ ਅਜੇ ਤੱਕ ਆਗੂ ਨਹੀਂ ਜੰਮਿਆ ਸਰਦਾਰ ਪ੍ਰਤਾਪ ਸਿੰਘ ਕਹਿਰੇ ਤੋਂ ਬਾਅਦ ਜਿਹੜਾ ਕੁਝ ਨਾ ਕੁਝ ਮੰਗ ਸਕੇ। ਮੰਗੇ ਕਦੀ ਨੀ ਇਹਨਾਂ ਨੇ, ਪਿਛਲੇ 40 ਸਾਲ ਦੇ ਇਤਿਹਾਸ ਦੇ ਵਿੱਚ ਜਿੰਨੀਆਂ ਵੀ ਸਰਕਾਰ ਹੁਣ ਤੱਕ ਰੱਖੋ ਜਿਹੜੀ ਆ, ਮੈਨੂੰ ਇਹ ਦੱਸ ਦੇ ਕਿਹੜੀ ਸਰਕਾਰ ਨੇ ਮੰਗ ਕੀਤੀ ਪੰਜਾਬ ਦੀ, ਜਿਹੜੀ ਹੈਗੀ ਸੀ ਉਹਦਾ ਚੱਕ ਕਿਹੜੇ ਮੁੱਖ ਮੰਤਰੀ ਨੇ ਕਿਹਾ, ਜਿਹੜੀ ਹੈਗੀ ਸੀ ਵੇਚ ਦਿੱਤੀ, ਜਿਹੜੀ ਹੈਗੀ ਉਹ ਵੀ ਵੇਚ ਦਿੱਤੀ। ਹਾਂ ਜਿਹੜੀ ਹੈਗੀ ਸੀ ਵੇਚ ਦਿੱਤੀ। ਪੰਜਾਬ ਪੰਜਾਬ ਪੂਰੇ ਭਾਰਤ ਦਾ ਹੌਜ਼ਰੀ ਦਾ ਸਭ ਤੋਂ ਵੱਡਾ, ਅੰਮ੍ਰਿਤਸਰ ਦੀ ਮੈਂ ਗੱਲ ਕਰਦਾ, ਤੁਸੀਂ ਤੇ ਤੁਹਾਡੇ ਦੇ ਸਾਹਮਣੇ ਕਿਹੜੀਆਂ ਕਿਹੜੀਆਂ ਉਹ ਮਿੱਲਾਂ ਸੀਗੀਆਂ ਜਿਹੜੀਆਂ ਡਾ ਕੇ ਰੱਖ ਦਿੱਤੀਆਂ ਇਹਨਾਂ ਨੇ।
ਹੌਜ਼ਰੀ ਸੀ ਇੱਥੇ ਪੱਖਿਆਂ ਦੇ 1200 ਯੂਨਿਟ ਸੀ ਜਾਂ ਪੱਖਿਆਂ ਦਾ 1200 ਜਿੱਥੇ ਇੱਥੇ ਜਿਹੜਾ ਹੁੰਦਾ ਸੀ ਆਪਣੀ ਰੇਸ਼ਮ ਦੇ ਉਹ ਯੂਨਿਟ ਸੀਗੇ ਹਾਂ अमृतसर मुड़ के जो अमृतसर छड़ के लुधियाने करता लुधियाना हब बन गया लुधियाना मानचेस्टर कहा जाता इंडिया का लेकिन अज उ भी इंडस्ट्री जी उस तरीके ग्रो नहीं करी जिस तरीके ग्रो करनी चाहिए साइकलों वाली इंडस्ट्री का किन्ना रौला पिया है बाबे बादल दे वेले गलां होंदियां जी वह कहनी नहीं चाहिए पर कह दें आप अमृतसर के खन्ना पेपर मिल घटो घट 10,000 बंद रुजगार मिले जी खन्ना पेपर मिल दे उत्ते पिछे एक कहिंदे हुंदे सी कदी साला आ जांदा ते कदी भणवीआ आ जांदा सी नाल ही लड़के हुंदा कदी साला आ जांदा ते कदी भणवीआ आ जांदा ते 50 लख रुपया महीना दे के जिहड़े साडे कोल जे 50 लख रुपया कमा के असीं इहनां नूं देणा ते असीं करना तां की करना है दसो किड्डा वड्डा एलीगेशन उहनां ने बिलकुल बिलकुल उहनां ने इक SMS कीता मोदी नूं ਉਹਨੂੰ ਕਿਹਾ ਜੀ ਅਸੀਂ ਇੰਡਸਟਰੀ ਲਾਉਣਾ ਚਾਹੀਦੇ ਤੇ ਉਹਨੇ ਜਵਾਬ ਦਿੱਤਾ ਵੀ ਜ਼ਮੀਨ ਕਿੰਨੀ ਚਾਹੀਦੀ ਇਸ ਉੱਤੇ ਇਹ ਸ਼ਿਫਟ ਕਰ ਲੱਗੇ ਸੀ ਉੱਥੇ ਅਜੇ ਵੀ ਸ਼ਿਫਟ ਕਰ ਗਏ ਆਪਣੀ ਬਹੁਤ ਸਾਰਾ ਐਸਾ ਕੁਛ ਗੁਰੂਗ੍ਰਾਮ ਕਰ ਗਿਆ ਕੁਛ ਉੱਧਰ ਕਰ ਰਹੇ ਸ਼ਿਫਟ ਵੀ ਭਾਈ ਲੜਾ ਇੱਥੋਂ ਸੀ ਕਿ ਜੇ ਕਮਾਈ ਕਰਕੇ ਤੁਹਾਨੂੰ ਦੇਣੀ ਹੈ ਤੇ ਸਾਨੂੰ ਫਾਇਦਾ ਕਿੱਥੇ ਕੰਮ ਕਰਨਾ ਬਿਲਕੁਲ 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 ਉਹਨਾਂ ਦੇ ਕੁੜਵ ਨੇ ਇੱਥੇ ਜੈਕਸ ਇੰਡਸਟਰੀ ਵਾਲੇ ਬਹੁਤ ਵਿਜੇ ਹੋਰੀ ਉਹ ਮੇਰੇ ਮਿੱਤਰ ਨੇ ਉਹ ਕਈ ਵਾਰੀ ਹੋਈ ਤੇ ਬੜੀਆਂ ਗੱਲਾਂ ਕਰਦੇ ਹੁੰਦੇ ਹੋ ਬੜੇ ਰੋਲਦੇ ਹੁੰਦੇ ਦੱਸੋ ਕੀ ਕਰੀਏ ਕਿਹੜੇ ਪਾਸੇ ਚੱਲਦੀ ਜੇ ਲੁੱਟ ਲਈ ਆ ਤੁਸੀਂ ਜਰੂਰ ਇੱਥੇ ਕੰਮ ਕਰਨਾ ਵਾਧ ਕੇ ਕਰ ਲਾਂਗੇ ਵਾਧ ਕਰ ਲੋਗੇ ਹਿਮਾਚਲ ਥੋੜਾ ਵਾ ਜੋ ਮਰਜ਼ੀ ਲਾ ਲਓ ਬਿਜਲੀ ਵੀ ਨਾਲੇ ਵਾਧੂ ਬਿਲਕੁਲ ਤੇ ਉਹ ਸਬਸਿਡੀਆਂ ਵੱਖਰੀ ਤੇ ਸਾਨੂੰ ਉਹਨੇ 700 ਏਕੜ ਆਫਰ ਕਰਦੀ 700 ਏਕੜ ਮੋਦੀ ਨੇ ਕਿਹਾ ਵੀ 700 ਏਕੜ ਜ਼ਮੀਨ ਲੈ ਲਓ ਸਸਤੀ ਲੈ ਲਓ ਸਰਕਾਰੀ ਰੇਟ ਦੇ ਉੱਤੇ ਕਿਸ਼ਤਾਂ ਨਹੀਂ ਪੈਸੇ ਦੇ ਦਿਓ ਇੱਥੇ ਆ ਕੇ ਇੰਡਸਟਰੀ ਲਾ ਦਿਓ और एशिया दे विच पूरे एशिया चुना दे पेपर जांदा पाकिस्तान भी जांदा श्रीलंका भी जांदा कई कंट्री हो पे पूरे एशिया दे पेपर ज्यादा जांदा इतना बड़ा कारोबार ते मैं सोचदा जे किते सारी उहनां दी गल कर लईए भी सीधे जां सीधे तौर ते लख बंदा घट्टो घट्ट उहनां नूं लगा होणा कोई ट्रांसपोर्टर आ कोई वर्कर आ दूजा वा कोई सड़क बणाउण वाला आ कोई दिहाड़ीदार आ कोई ठेके दे कोई पक्के मुलाजम कोई कच्चे मुलाजम किन्नी लंबी कई मेखो कई एकड़ां च जमीन फैक्टरी आ जे आप बर्बाद करने तुरे आ पुठे पास तुरे सगो बूस्ट करो भाई तुम होर की चाहिए दसो बिलकुल एक इंडस्ट्री हजी होर लाओ लोगों रुजगार मिले असि भी दसो भी रुजगार दता जी बिलकुल बिलकुल क्या बात हम कैप्टन साहब ने की किया कैप्टन साहब ने किया जेडे लोगों रुजगार दता वा वह रुजगार सारा गिन लिया जे किसी पिंड चो मुंडा किसी दुकान लग गया तो किराने दुकान से नौकरी लगे वह भी गिन ली पी दी है जी पल्ले कुछ हैगा भी बयान देना भी चाहिए कि नहीं देना चाहिए साधु सिंह धर्मसोत नूं वजारत चों छेको ते तुरंत गिरफ्तार करो सरदार सुखबीर सिंह बादल की कहना चाहोगे बिल्कुल ठीक किया जी इन्होंने तुहानूं इस गल का पता होगा बिक्रम सिंह मजीठिया भावे अदालत तो नहीं कढ़ो अपनी वजारत तो नहीं कढ़िया गुलजार सिंह रणीके दे समय ते घपला इसे तरह का होया सी इत्थे रख करोड़ां रुपए का होया सी छोटा जिहा ही सीगा उहदे विच मुड़ के रणीके तो इस्तीफा लै लिया सी भाई तू इस्तीफा दे मुड़ के सब कुछ पीए ते छुड़ दिता गया सी पीए बेचारा अजे भी जेल च बैठा पैसे ते खादे के रल मिल के ते भुगतन पीए गया हुण उहदे वलों जो दमनदीप जिहड़ा सी मुंडा सरवन सिंह फलौर दा उहदे मुंडे नूं सिर्फ कहता सी भी तेरे मुंडे दा नां जिहड़ा वा उह नशे च आउंदा फिर तू तू भी इस्तीफा दे दू तू कोई इस्तीफा लै लिया दो दलित मंत्री सी दोवां को इस्तीफा लै लिया सी मुड़ के चलो सरवन सिंह फलौर नूं किसे पुछया नहीं लेकिन गुलजार सिंह रणीके नूं साल के बाद वापस लै लिया भी आ जा कोई गल नहीं वह भी पता नहीं किन्ने तरले कढ़ा के किन्ने कढ़ा के
इस करके धर्म सोर दे उत्ते जिहड़े इल्जाम लगे संगीन इल्जाम ਉਹ ਸਾਬਤ ਹੋ ਚੁੱਕਿਆ। ਇੱਕ ਅਡੀਸ਼ਨਲ ਸੈਕਟਰੀ ਨੇ ਬਕਾਇਦਾ ਤੌਰ ਤੇ ਇਨਕੁਆਇਰੀ ਕੀਤੀ ਕਿ ਇਹ ਦੋਸ਼ੀ ਉਹਦੇ ਵਿੱਚ ਹੈਗਾ। ਹੁਣ ਸੀਬੀਆਈ ਨੂੰ ਇਨਕੁਆਇਰੀ ਚਲੀ ਗਈ ਹੈ, ਸੀਬੀਆਈ ਨੇ ਮੁਕੱਦਮਾ ਵੀ ਦਰਜ ਕਰ ਦੇਣਾ, ਤਰਨਜੋਤ ਸਰਮ ਤੋਂ ਵੀ ਗ੍ਰਿਫਤਾਰ ਵੀ ਜਾਣੀ, ਫਿਰ ਕੈਪਟਨ ਸਾਹਿਬ ਕੀ ਜਵਾਬ ਦੇਣਗੇ? ਚਾਹੀਦਾ ਇਹਨਾਂ ਨੂੰ ਉਦੋਂ ਸੀ ਧਰਮ ਸੋਤ ਕੋਲ ਦਿੰਦੇ ਅਸਤੀਫਾ ਤੇ ਪਰਚਾ ਕਰਦੇ ਦਰਜ ਤੇ ਆਪਣੀ ਸਜ਼ਿਸ਼ ਜਿਹੜੀ ਸੀ ਉਹ ਜਾਂਚ ਕਰਦੇ ਰਹਿੰਦੇ। ਲੇਕਿਨ ਇਹਨਾਂ ਨੇ ਕੱਫ ਨੀ ਕੀਤਾ, ਕਹਿੰਦਾ ਜੀ ਨਿਰਦੋਸ਼ ਆ। ਹੁਣ ਸੀਬੀਆਈ ਦੇਖੋ ਸਾਰੇ ਜਿਹੜੇ ਪਿਛਲੇ ਜਿਹੜੇ ਹੋਰ ਵੀ ਕਿਸੇ ਵੀ ਪੁੱਟੂਗੀ ਉਹਨਾਂ ਨੇ 905-813-1320-905-813-1320। ਰਾਜਨੀਤਿਕ ਪਾਰਟੀਆਂ ਜੋੜ ਤੋੜ ਕਰਦੀਆਂ ਰਹਿੰਦੀਆਂ ਹੁੰਦੀਆਂ, ਕੋਈ ਦੋਰਾਵਾ ਨਹੀਂ। ਆਮ ਆਦਮੀ ਪਾਰਟੀ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਤੋਂ ਇਨਕਾਰ ਕੀਤਾ ਹੈ ਸਰਦਾਰ ਸੁਖਦੇਵ ਸਿੰਘ ਢੀਂਡਸਾ। ਉਹਨਾਂ ਨੇ ਐਲੀਗੇਸ਼ਨ ਲੱਗਦਾ ਸੀ ਵੀ ਜੀ ਅੰਦਰ ਖਾਤੇ ਚੱਲ ਰਿਹਾ ਜੀ ਕੰਮ, ਕਾਫੀ ਚਰਚਾ ਸੀ, ਕਾਫੀ ਦਿਨਾਂ ਦੀ ਖਬਰ ਪਈ ਹੈ। ਮੈਂ ਸੋਚਿਆ ਅੱਜ ਕੱਲ੍ਹ ਚਰਚਾ ਦੇ ਵਿੱਚ ਨੇ, ਫਿਰ ਆਪਾਂ ਡਿਸਕਸ ਕਰ ਲਈਏ। ਜਿਹੜੇ ਪੰਜਾਬ ਦੇ ਉਹ ਇੰਚਾਰਜ ਨੇ ਜੀ, ਪੰਜਾਬ ਦਾ ਇੰਚਾਰਜ ਲਾਇਆ ਇਹਨਾਂ ਜਰਨੈਲ ਸਿੰਘ ਨੇ ਤੇ ਸਾਰੀਆਂ ਪਾਵਰਾਂ ਲਗਭਗ ਉਹ ਇੰਚਾਰਜ ਕੋਲ ਸਭ ਚੱਡਾ ਫੜਿਆ। ਆਮ ਆਦਮੀ ਪਾਰਟੀ ਕੋਲ ਜਰਨੈਲ ਬੜੇ ਆ, ਇੱਕ ਦੀ ਤੇ ਜਰਨੈਲ ਬੜੇ ਆ, ਇੱਕ ਦੀ ਤੇ ਚਾਰੇ ਦੀ ਲੈ ਲਈ ਬਲੀ ਜੀ ਜੀ, ਪਰ ਉਹ ਫੋਕੇ ਜਰਨੈਲ ਨੇ ਜੀ, ਅਸਲੀ ਜਰਨੈਲ ਨਹੀਂ ਹੈਗੇ, ਨਾਲ ਹੀ ਜਰਨੈਲ ਲੱਗ ਗਿਆ ਸੀ ਨਾ ਪਤਾ ਉਹਨਾਂ ਨੂੰ ਵੀ ਅਸਲੀ ਕਿਹੜਾ। ਹਾਂਜੀ ਹਾਂਜੀ, ਹੁਣ ਰਾਘਵ ਚੱਡਾ ਪਹਿਲਾਂ ਕਹਿ ਚੁੱਕਾ ਸੀ ਸਾਡਾ ਸੰਯੁਕਤ ਅਕਾਲੀ ਦਲ ਕਿਸੇ ਪ੍ਰਕਾਰ ਦਾ ਕੋਈ ਸਮਝੌਤਾ ਨਹੀਂ ਹੋ ਰਿਹਾ। ਜਿਹੜਾ ਭਗਵੰਤ ਮਾਨ ਉਹਨੇ ਨੇ ਕਹਿਤਾ ਵੀ ਸਾਡੀ ਸਮਝੌਤੇ ਦੀ ਕੋਈ ਗੱਲ ਨਹੀਂ ਚੱਲਦੀ, ਲੇਕਿਨ ਜਿਹੜੇ ਸੰਯੁਕਤ ਅਕਾਲੀ ਦਲ ਦੇ ਲੀਡਰ ਸੀ ਉਹ ਕਹਿੰਦੇ ਰਹੇ ਕਿ ਸਾਡੀ ਗੱਲਬਾਤ ਆਮ ਆਦਮੀ ਪਾਰਟੀ ਦਾ ਚੱਲ ਰਹੀ। ਲੇਕਿਨ ਹੁਣ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਕਹਿਣਾ ਪੈ ਗਿਆ ਕਿ ਸਾਡੀ ਆਮ ਆਦਮੀ ਪਾਰਟੀ ਨਾਲ ਕਿਸੇ ਕਿਸਮ ਦੀ ਸਮਝੌਤੇ ਦੀ ਕੋਈ ਗੱਲ ਨਹੀਂ ਚੱਲਦੀ, ਅਸੀਂ ਸਾਰੀਆਂ ਸੀਟਾਂ ਤੇ ਚੋਣ ਲੜਾਂਗੇ, 117 ਹਲਕੇ 117 ਚੋਣ ਲੜਾਂਗੇ। ਹੁਣ ਜਿਹੜਾ ਰੋਲ 2002 ਦੇ ਵਿੱਚ ਜਹੇਦਰ ਗੁਰਚਰਨ ਸਿੰਘ ਟੌੜਾ ਨੇ ਨਿਭਾਇਆ ਸੀ ਉਹ ਰੋਲ ਹੁਣ ਸਰਦਾਰ ਸੁਖਦੇਵ ਸਿੰਘ ਢੀਂਡਸਾ ਤੇ ਸਰਦਾਰ ਰਣਜੀਤ ਸਿੰਘ ਪਰੰਪਰਾ ਨਿਭਾਉਣਗੇ। ਉਹਨਾਂ ਦਾ ਇੱਕ ਨਿਕਾਤੀ ਪ੍ਰੋਗਰਾਮ ਆ ਵੀ ਇਹਨਾਂ ਨੂੰ ਐਤਕੀ ਵਿਧਾਨ ਸਭਾ ਚੋਂ ਖਦੇੜ ਕੇ ਤੇ ਅਗਲੇ ਸਾਲ ਜਿਹੜੀਆਂ ਹੋਣ ਵਾਲੀਆਂ ਚੋਣਾਂ ਹੈਗੀਆਂ SGPC ਦੀਆਂ ਉਹਦੇ ਤੇ ਕਬਜ਼ਾ ਕਰਨ। ਇਹਦੇ ਚ ਜਿੱਤਣ ਹਾਰ ਦੀ ਕੋਈ ਗੱਲ ਨੀ, ਚਹਾਉਣ ਦੀ ਗੱਲ। ਜੇ ਘੱਟੋ ਘੱਟ 2% ਵੀ ਵੋਟ ਲੈ ਗਏ ਜਾਂ 3% ਵੀ ਵੋਟ ਲੈ ਗਏ ਤੇ ਅਕਾਲੀ ਦਲ ਦਾ ਜਿੱਤਣਾ ਜਿਹੜਾ ਨਾ ਮੁਕਮ, ਕਿਉਂ ਜਿਹੜੀਆਂ ਇਹ 5% ਵੋਟਾਂ ਅੱਗੇ ਮਿਲੀਆਂ ਸੀ ਭਾਜਪਾ ਨੂੰ ਉਹ ਇਹਨਾਂ ਦੀ ਮਾਈਨਸ ਹੋ ਗਿਆ, 25% ਮਿਲੀਆਂ ਸੀ ਤੇ ਆਮ ਆਦਮੀ ਜਿਹੜੀ ਹੈਗੀ ਬਸਪਾ ਨੂੰ ਮਿਲੀ ਸੀ 1.1%, ਉਹ ਪਾ ਕੇ ਇਹਨਾਂ ਦੀ ਜਿੱਤ ਕਿਤੇ ਬਣਦੀ ਨੀ। ਤੇ ਹੁਣ ਜਿਹੜੀ ਇਹਨਾਂ 2% ਖੜਨੀ ਉਹ ਵੀ ਘੱਟ ਗਈ ਤੇ ਫਿਰ ਪੂਰੀ ਕਿੱਥੋਂ ਹੋਣੀ ਜੀ ਜੀ। ਉਹ ਤੇ ਕੰਧ ਤੇ ਲਿਖਿਆ ਵੀ ਉਹ ਜਿਹੜੇ ਜੰਗ ਹਾਰ ਕੇ ਬੈਠੇ ਨੇ ਵਿਚਾਰੇ ਆਪਣੀ, ਇਸ ਕਰਕੇ ਉਹ 2002 ਵਾਲੀ ਭੂਮਿਕਾ ਜੋ ਟੌੜਾ ਸਾਹਿਬ ਨੇ ਨਿਭਾਈ ਸੀ ਉਹ ਨਿਭਾਉਣਗੇ ਤੇ ਜਿੱਦਣ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਦੇਗਾ ਉਸ ਦਿਨ ਅਕਾਲੀ ਦਲ ਫਿਰ ਜੁਆਇੰਟ ਹੋ ਜਾਏਗੀ, ਸਾਰੇ ਇਕੱਠੇ ਹੋ ਜਾਣਗੇ ਜੀ। ਲਓ ਅਗਲੀ, ਇਸ ਕਰਕੇ ਜੀ ਅਗਲੀ ਲਾਸਟ ਸਾਡੇ ਕੋਲ ਟਾਈਮ ਹੋ ਗਿਆ, ਤੁਸੀਂ ਆਪਣੀ ਗੱਲ ਪੂਰੀ ਕਰ ਲਓ ਪਟੇ ਸਾਹਿਬ। ਨਹੀਂ ਬਸ ਇਹ ਨਹੀਂ ਕੋਈ ਗੱਲ ਗੱਲ ਨਹੀਂ ਮੰਦੀ ਸੀ। ਹਾਂਜੀ ਵੈਲਕਮ ਜੀ ਜੀਆਂ ਨੂੰ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਹਾਂਜੀ ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ। ਜੀ 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 ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਅੱਛਾ ਜੀ, ਮੇਰਾ ਸਵਾਲ ਆ ਕਿ ਇਹ ਜਦੋਂ ਸਿਆਸੀ ਲੀਡਰਾਂ ਦੇ ਕੋਲੋਂ ਜ਼ਿਆਦਾ ਗੱਲਾਂ ਕਰਕੇ ਵਿੱਚੋਂ ਗੱਲ ਇਹ ਕਹਿੰਦੇ ਵੀ ਇਹ ਮੇਰਾ ਹੱਕ ਆ, ਮੈਂ ਆਪਦੇ ਹੱਕਾਂ ਲਈ ਲੜਦਾ, ਅਸੀਂ ਆਪਦੇ ਹੱਕਾਂ ਲਈ ਲੜਦੇ ਹਾਂ, ਇਹ ਸਾਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ। ਮੈਂ ਬਹੁਤ ਚਿਰ ਦਾ ਇਹ ਗੱਲ ਸੋਚਦਾ ਵੀ ਇਹਨਾਂ ਦੇ ਹੱਕ ਹੈ ਕੀ ਆ ਵੀ। ਗੁਰਸੀ ਗੁਰਸੀ ਤੁਸੀਂ ਜਾਓ ਟੱਠੇ ਖੂਹ ਦੇ ਵਿੱਚ। ਬਿਲਕੁਲ ਇਹ ਕਹਿੰਦੇ ਤੁਸੀਂ ਸੇਵਾ ਕਰਦੇ, ਸੇਵਾ ਇਹ ਕਿਸੇ ਦੀ ਨਹੀਂ ਕਰਦੇ, ਸੇਵਾ ਆਪਣੀ ਤੇ ਆਪਣੇ ਪਰਿਵਾਰ ਦੀ ਕਰਦੇ। ਕੈਨੇਡਾ ਅਮਰੀਕਾ ਦੇ ਵਿੱਚ ਉਹ ਹੈਮਿਲਟਨ ਬਰਲਿੰਗਟਨ ਸੈਂਟ ਕੈਥਰੀਨ ਜਿਹੜੀ ਆਪਣੀ ਆ ਮਿਲਟਨ ਦਾ ਸਾਰਾ ਮਤਲਬ ਏਰੀਆ ਬਾਏ ਕਰਨਾ, ਕਨੇਡਾ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਵੱਡੇ ਵੱਡੇ ਫਾਰਮ ਬਣਾਉਣੇ ਆ, ਵੱਡੇ ਵੱਡੇ ਮਾਲ ਬਣਾਉਣੇ ਆ,
न्यूजीलैंड धरती लैनी आ और आस्ट्रेलिया धरती लैनी है। सो गल यह है ना भी उतों का भला थोड़ी करना गलत ये सोचते भाजी। हाँ जी राजा जरा जे राजा बनना बेटे नहीं बने भावे लंगड़ा भावे लूला लोग बर्दाश्त करना। अच्छा एक कुंजा राजतंत्र जो किसी राज नियुक्ति करनी होंगी तो उदो एक जरा वा घोड़ा चिट्टे रहा घोड़ा जरा छड़े जाता पत्थर घोड़ा जेड़ा उन्होंने व्यक्ति फट के सवारी करता राजा बनाता। एक हुंदा वा लोकतंत्र लोकतंत्र के राजा जरा वा वह किसी राणी के पेटो की मत पेटी के निकलता लेकिन अज धारणा उल्ट हो चुकी है। वह लोकतंत्र के हम पीढ़ी दर पीढ़ी मुख्यमंत्री आ रहे हैं वो जी मत पेटी वाली भावना से खत्म हो चुकी है। इस करके सेवा किसी की नहीं करते अपनी करते आज की डेट के जरा लोकतंत्र यह व्यापार बन चुका वा हम राजनीति नहीं रही हम व्यापारक दाने बन गए व्यापार करना जिस चीजा मर्जी हो तो सामने बिजली समझौते जो संघवीर सिंह बादल ने किए तो जे कि चंगी तरह की जांच करो सब तो निकल आएगा भी कितने की है कितने नहीं है जी। पट्टी साहब बहुत बहुत शुक्रिया थैंक यू कल शाम नूं तुहाडे सवेर दे टाइम ते कल शाम नूं मिलदे हां बहुत बहुत शुक्रिया थैंक यू जी वेरी मच। तुसी सुन रहे हो चावला न्यूज़ नेटवर्क टोरंटो CNN टोरंटो।